ਚਾਹ ਨਹੀਂ ਆਉਂਦਾ ਮੈਨੂੰ। ਚਲੋ ਵੀਰੇ, ਮਦਦ ਦੀ ਬਹੁਤ ਲੋੜ। ਮੁਕੇਸ਼ ਕੁਮਾਰ ਦਾ ਇਲਾਜ ਵੀ ਜਿਹੜਾ ਹੁਣ ਹੈਗਾ ਉਹ ਕਰਵਾਉਣ ਤੋਂ ਪਰਿਵਾਰ ਅਸਮਰਥ ਪਿਆ। ਨਾ ਮੈਂ ਦਿਹਾੜੀ ਕਰਨ ਜੋਗਾ, ਨਾ ਕੋਈ ਕਾਰੋਬਾਰ ਕਰਨ ਜੋਗਾ, ਹੋਰ ਕੋਈ ਮਦਦ ਨਹੀਂ, ਕੋਈ ਹੀਲਾ ਨਹੀਂ ਭਾਈ। ਮੈਂ ਮਦਦ ਮੰਗਦਾ ਹਾਂ ਤੁਹਾਨੂੰ। ਮੇਰੇ ਪਾਪਾ ਦੀ ਸਿਹਤ ਲਈ ਮਦਦ ਕੀਤੀ ਆ, ਇਹ ਸਾਡਾ ਨੰਬਰ ਹੈ। ਘਰ ਦੇ ਵਿੱਚ ਕਮਾਉਣ ਵਾਲਾ ਇਕੱਲਾ ਨੌਜਵਾਨ ਪੁੱਤ ਜਦੋਂ ਖੁਦ ਮੰਜੇ ਦੇ ਉੱਪਰ ਪੈ ਜਾਂਦਾ ਤਾਂ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਬੱਤਰ ਹੋ ਜਾਂਦੇ ਨੇ। ਇੱਕ ਮਦਦ ਦੀ ਗੁਹਾਰ ਲੈ ਕੇ ਤੁਹਾਡੇ ਕੋਲ ਪਹੁੰਚੇ ਹਾਂ, ਜ਼ਿਲ੍ਹਾ ਸੰਗਰੂਰ ਦੇ ਪਿੰਡ ਬਲਦ ਕਲਾਂ ਦੇ ਵਿੱਚ ਹਾਂ, ਜਿੱਥੇ ਕਿ ਇਕਲੌਤਾ ਨੌਜਵਾਨ ਪੁੱਤ ਜਿਹੜਾ ਘਰ ਦੇ ਵਿੱਚ ਮਾਂ ਬਾਪ ਨੂੰ ਪਾਲ ਰਿਹਾ ਸੀ, ਦੋ ਬੱਚਿਆਂ ਨੂੰ ਪਾਲ ਰਿਹਾ ਸੀ, ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਮਜ਼ਦੂਰੀ ਕਰਕੇ, ਇੱਕਦਮ ਜਦੋਂ ਪਤਾ ਲੱਗਦਾ ਕਿ ਉਹਦੀਆਂ ਦੋਨੇ ਜਿਹੜੀਆਂ ਕਿਡਨੀਆਂ ਹੈਗੀਆਂ ਨੇ ਫੇਲ ਹੋ ਚੁੱਕੀਆਂ, ਇਹਨਾਂ ਦਾ ਪੂਰੇ ਪਰਿਵਾਰ ਦੀ ਜਿਹੜੀ ਹਾਲਤ ਹੈਗੀ ਆ ਉਹ ਖਰਾਬ ਹੋ ਜਾਂਦੀ ਆ। ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ, ਨਾਲ ਨਾਲ ਜਾਣਕਾਰੀ ਵੀ ਦੇਵਾਂਗੇ। ਮੁਕੇਸ਼ ਕੁਮਾਰ ਦੇ ਘਰ ਦੇ ਵਿੱਚ ਖੜ੍ਹੇ ਹਾਂ, ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਕਿ ਘਰ ਦੇ ਹਾਲਾਤ ਕਿੱਦਾਂ ਦੇ ਨੇ। ਮੁਕੇਸ਼ ਕੁਮਾਰ ਚੰਨੋ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਕੇ ਕਿਤੇ ਨਾ ਕਿਤੇ ਆਪਣਾ ਜਿਹੜਾ ਘਰ ਹੈਗਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਚੁਗਰਦਾ ਆਪਣਾ ਆਸ਼ੀਆਨਾ ਤਿਆਰ ਕਰ ਰਿਹਾ ਸੀ, ਪਰ ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੀਆਂ ਦੋਨੇ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਤਾਂ ਪੂਰੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਜਾਂਦੇ ਨੇ। ਮੁਕੇਸ਼ ਕੁਮਾਰ ਦਾ ਇਲਾਜ ਵੀ ਜਿਹੜਾ ਹੁਣ ਹੈਗਾ ਉਹ ਕਰਵਾਉਣ ਤੋਂ ਪਰਿਵਾਰ ਅਸਮਰਥ ਪਿਆ। ਤਸਵੀਰਾਂ ਦੇਖ ਸਕਦੇ ਹੋ, ਨੌਜਵਾਨ ਜਿਹੜਾ ਹੈਗਾ ਇਸ ਵਕਤ ਮੰਜੇ ਦੇ ਉੱਪਰ ਪਿਆ ਅਤੇ ਘਰ ਦੇ ਹਾਲਾਤ ਇੱਦਾਂ ਦੇ ਨੇ ਕਿ ਬਜ਼ੁਰਗ ਮਾਂ ਬਾਪ ਇਸ ਵਕਤ ਦੁਬਾਰਾ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਚੁੱਕੇ ਨੇ। ਦੋ ਛੋਟੇ ਬੱਚੇ ਜਿਹੜੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਹੈਗੀ ਆ ਮਦਦ ਦੀ ਗੁਹਾਰ ਲੈ ਕੇ ਖੜ੍ਹੇ ਨੇ ਕਿ ਸਾਡੀ ਜਿਹੜੀ ਮਦਦ ਆ ਉਹ ਕੀਤੀ ਜਾਵੇ, ਸਾਡੇ ਡੈਡੀ ਨੂੰ ਠੀਕ ਕੀਤਾ ਜਾਵੇ, ਕਿਉਂਕਿ ਡਾਕਟਰਾਂ ਦੇ ਹਿਸਾਬ ਦੇ ਨਾਲ 10 ਤੋਂ 15 ਲੱਖ ਰੁਪਏ ਜਿਹੜਾ ਹੈਗਾ ਮੁਕੇਸ਼ ਕੁਮਾਰ ਦੀਆਂ ਦੋਨਾਂ ਕਿਡਨੀਆਂ ਦੇ ਉੱਪਰ ਜਿਹੜਾ ਹੈਗਾ ਉਹ ਖਰਚਾ ਡਾਕਟਰਾਂ ਦੇ ਵੱਲੋਂ ਜਿਹੜੀ ਆ ਖਰਚੇ ਦੀ ਉਮੀਦ ਲਗਾਈ ਜਾ ਰਹੀ ਹੈ। ਅਤੇ ਘਰ ਦੇ ਹਾਲਾਤ ਇੱਦਾਂ ਦੇ ਨੇ ਕਿ ਜੋ ਵੀ ਘਰੇ ਪੈਸੇ ਸੀ ਮਾਂ ਬਾਪ ਦੇ ਖਰਚ ਹੋ ਚੁੱਕੇ ਨੇ, ਰਿਸ਼ਤੇਦਾਰ ਦੋਸਤ ਮਿੱਤਰ ਹੌਲੀ ਹੌਲੀ ਇਲਾਜ ਕਰਾਉਣ ਤੋਂ ਬਾਅਦ ਵੀ ਜਵਾਬ ਦੇਣ ਲੱਗ ਗਏ, ਪਰ ਘਰ ਦਾ ਜਿਹੜਾ ਖਰਚਾ ਹੈਗਾ ਉਹ ਵੀ ਨਹੀਂ ਚੱਲ ਰਿਹਾ, ਤਾਂ ਇਲਾਜ ਕਰਾਉਣਾ ਤਾਂ ਬਹੁਤ ਵੱਡੀ ਗੱਲ, ਪਰਿਵਾਰ ਦੇ ਹਾਲਾਤ ਇੰਨੇ ਕੁ ਮਾੜੇ ਹੋਏ ਪਏ ਨੇ। ਗੱਲਬਾਤ ਕਰਦੇ ਹਾਂ ਮੁਕੇਸ਼ ਜੀ, ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ ਇਹ ਹਾਲਾਤ ਹੋ ਗਈ, ਦੋਨੇ ਕਿਡਨੀਆਂ ਤੁਹਾਡੀਆਂ ਫੇਲ ਹੋ ਗਈਆਂ? ਜਨਵਰੀ ਤੋਂ ਜੀ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਜੀ, ਮੈਨੂੰ ਰੋਟੀ ਨਹੀਂ ਪਚਦੀ ਤੀ ਜੀ, ਅਤੇ ਮੈਂ ਬਹੁਤ ਜ਼ਿਆਦਾ ਔਖਾ ਸੀ ਜੀ। ਜਦੋਂ ਅਸੀਂ ਪਟਿਆਲੇ ਟੈਸਟ ਕਰਵਾਏ ਜੀ, ਉਹਨਾਂ ਨੇ ਲਾਲ ਪੈਥ ਵਾਲਿਆਂ ਨੇ ਕਿਹਾ ਜੀ ਵੀ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਤੁਹਾਡੀਆਂ ਜੀ, ਅਤੇ ਮੈਨੂੰ ਬਹੁਤ ਲੋੜ ਹੈ ਜੀ ਮਦਦ ਦੀ, ਬਹੁਤ ਔਖਾ ਜੀ ਮੈਂ। ਤੁਹਾਨੂੰ ਇੱਕ ਹੋਰ ਤਸਵੀਰ ਦਿਖਾਵਾਂਗੇ, ਇਸ ਵਕਤ ਗਰਦਨ ਦੇ ਵਿੱਚੋਂ ਦੀ ਥੋੜ੍ਹਾ ਦਿਖਾਉਣ ਦੀ ਅਗਰ ਕੋਸ਼ਿਸ਼ ਕਰੀਏ, ਗਰਦਨ ਦੇ ਵਿੱਚੋਂ ਦੀ ਜਿਹੜੀਆਂ ਪਾਈਪਾਂ ਹੈਗੀਆਂ ਨੇ ਉਹ ਬੋਡੀ 'ਚ ਪਾਈਆਂ ਹੋਈਆਂ ਨੇ, ਜਿਹਦੇ ਨਾਲ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਸਾਹ ਚੱਲ ਰਿਹਾ, ਪਰ ਲਗਾਤਾਰ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਗਰ ਮਦਦ ਨਹੀਂ ਹੁੰਦੀ, ਅਗਰ ਇਲਾਜ ਨਹੀਂ ਹੋਣਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਹਾਲਾਤ ਖਰਾਬ ਹੋਣਗੇ। ਮੁਕੇਸ਼, ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਸੀ, ਘਰ ਦਾ ਖਰਚਾ ਕਿਸ ਤਰੀਕੇ ਨਾਲ ਚਲਾ ਰਹੇ ਸੀ, ਹੌਲੀ ਹੌਲੀ ਘਰ ਵੀ ਪਾ ਰਹੇ ਸੀ ਤੁਸੀਂ? ਹਾਂਜੀ, ਮੈਂ 2003 ਤੋਂ 10ਵੀਂ ਕੀਤੀ ਹੈ ਜੀ, 4 ਦੇ ਵਿੱਚ ਜੀ ਮੈਂ ਪੈਪਸੀ 'ਚ ਲੱਗਿਆ ਜੀ, ਚੰਨੋ ਜੀ ਪਲਾਂਟ ਦੇ ਵਿੱਚ ਕੰਮ ਕਰਦਾ ਸੀ ਜੀ। 2023 ਦੇ ਵਿੱਚ ਮੈਨੂੰ ਇਹ ਚੀਜ਼ ਹੋ ਗਈ ਜੀ, ਸਾਰਾ ਪਰਿਵਾਰ ਪਿੱਛੇ ਪੈ ਗਿਆ ਜੀ, ਕੰਮ ਨਹੀਂ ਚੱਲ ਰਿਹਾ ਜੀ ਸਾਡਾ ਹੁਣ ਵੀ, ਮੇਰੇ ਸਿਰ 'ਤੇ ਦੀ ਜੀ ਸਾਰਾ ਪਰਿਵਾਰ ਮੇਰਾ। ਅੱਜ ਡੈਡੀ ਨੂੰ ਕਰਨਾ ਪੈ ਰਿਹਾ ਜੀ ਦੁਬਾਰਾ ਮਜ਼ਦੂਰੀ ਜੀ, ਮੈਂ ਮੰਜੇ ਦੇ ਵਿੱਚ ਦੁਬਾਰਾ ਪੈ ਗਿਆ ਜੀ।
ਤਾਂ ਘਰ ਪਾਉਣ ਦੇ ਲਈ ਤੁਸੀਂ ਦੱਸ ਰਹੇ ਸੀ ਵੀ ਥੋੜ੍ਹੇ ਜਿਹੇ ਪੈਸੇ ਵੀ ਲਏ, ਥੋੜ੍ਹਾ ਜਿਹਾ ਤੁਸੀਂ ਕਰਜ਼ਾ ਵੀ ਲਿਆ। ਹਾਂਜੀ, ਮੈਂ ਰਿਸ਼ਤੇਦਾਰਾਂ ਤੋਂ ਥੋੜ੍ਹੇ ਥੋੜ੍ਹੇ ਪੈਸੇ ਲਏ ਤੇ ਜੀ, 4.5-5 ਲੱਖ ਰੁਪਏ ਦੇ ਮੈਂ ਕਰਜ਼ੇ ਹੀ ਹਾਂ ਜੀ। ਤਾਂ ਜਿਹੜਾ ਘਰ ਹੈਗਾ ਜਿੱਥੇ ਚੱਲ ਰਹੇ ਸੀ ਮਿਸਤਰੀ, ਉੱਥੇ ਰੋਕ ਦਿੱਤਾ ਗਿਆ ਕਿਉਂਕਿ ਘਰ ਬਣਾਉਣਾ ਤਾਂ ਬਹੁਤ ਦੂਰ, ਹੁਣ ਮੁਕੇਸ਼ ਦੇ ਇਲਾਜ ਦੇ ਉੱਪਰ ਜਿਹੜੀ ਗੱਲ ਆ ਕੇ ਉਹ ਖੜੀ ਆ। ਮਾਤਾ ਜੀ, ਤੁਹਾਡਾ ਕੀ ਨਾਮ ਆ? ਮੇਰਾ ਨਾਮ ਨਰੇਸ਼ ਰਾਣੀ ਹੈ। ਕਿਵੇਂ ਦੇਖਦੇ ਹੋ ਤੁਹਾਡਾ ਬੱਚਾ ਵਧੀਆ ਘਰ ਚਲਾ ਰਿਹਾ ਸੀ, ਹੌਲੀ ਹੌਲੀ ਘਰ ਵੀ ਪੈ ਰਿਹਾ ਸੀ, ਜਦੋਂ ਪਤਾ ਲੱਗਿਆ ਕਿ ਹਾਲਾਤ ਇਹ ਹੋ ਗਏ, ਗੰਭੀਰ ਬਿਮਾਰੀ ਆ, ਦੋਨੇ ਕਿਡਨੀਆਂ ਫੇਲ ਨੇ, ਹੁਣ ਮੁਕੇਸ਼ ਮੰਜੇ 'ਤੇ ਪਿਆ, ਕਿਵੇਂ ਘਰ ਦੇ ਹਾਲਾਤ ਬਣੇ ਪਏ ਨੇ? ਬਹੁਤ ਮੁਸ਼ਕਿਲ ਹੋਈ ਪਈ ਹੈ, ਖਰਚੇ ਪਾਣੀ, ਬੱਚੇ ਨੂੰ ਦਵਾਈ ਵੀ ਦਵਾਉਣੀ ਔਖੀ ਹੋ ਜਾਂਦੀ ਹੈ। ਮੈਂ ਵੀ ਸਾਹ ਦੀ ਵੀ ਨਹੀਂ ਮਿਲੀ ਜਾਂ, ਮੈਨੂੰ ਵੀ ਔਖਾ ਹੋਇਆ ਪਿਆ, ਮੈਨੂੰ ਵੀ ਲੈ ਕੇ ਫਿਰਦਾ ਤੇ ਸਾਰਾ ਦਿਨ ਦਵਾਈਆਂ ਨੂੰ, ਬੱਚੇ ਨੇ ਦੋ, ਬਹੁਤ ਮੁਸ਼ਕਿਲ ਹੋਇਆ ਪਿਆ। ਹੁਣ ਮਾਤਾ, ਜਦੋਂ ਤੁਹਾਨੂੰ ਐਂ ਪਤਾ ਲੱਗਿਆ ਵੀ ਇਲਾਜ ਹੋ ਰਿਹਾ, ਡਾਕਟਰ ਹੁਣ 10-15 ਲੱਖ ਰੁਪਏ ਮੰਗ ਰਹੇ ਨੇ, ਹੁਣ ਕਿਉਂ? ਕਿਉਂਕਿ ਪਹਿਲਾਂ ਤਾਂ ਮੁਕੇਸ਼ ਘਰ ਚਲਾਉਂਦਾ ਸੀ, ਤਨਖਾਹ 'ਚੋਂ ਸੌਦਾ ਪਤਾ ਲਿਆ, ਤਾਂ ਹੁਣ ਕਿਵੇਂ ਘਰ ਕਿਵੇਂ ਚੱਲਦਾ? ਆਹੀ ਆਹੀ ਮਦਦ ਮੰਗਦੇ ਹਾਂ ਅਸੀਂ, ਇਸੇ ਵਾਸਤੇ ਭੀਖ ਮੰਗਦੇ ਹਾਂ ਅਸੀਂ, ਬੱਚੇ ਵਾਸਤੇ ਵੀ ਠੀਕ ਹੋ ਜਾਏ, ਆਪਣੇ ਬੱਚਿਆਂ ਨੂੰ ਸਾਂਭੇ, ਸਾਨੂੰ ਸੰਭਾਲੇ, ਆਹੀ ਮੰਗਦੇ ਹਾਂ ਅਸੀਂ। ਤਾਂ ਬੱਚੇ ਨੇ ਜਿਹੜੇ ਹੱਥ ਦੇ ਵਿੱਚ ਮਦਦ ਦੀ ਅਪੀਲ ਲੈ ਕੇ ਖੜ੍ਹੇ ਨੇ, ਕਿਉਂਕਿ ਇਸ ਵਕਤ ਇਹਨਾਂ ਦੇ ਸਕੂਲ ਦਾ ਖਰਚਾ ਵੀ ਜਿਹੜਾ ਹੈਗਾ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਉੱਟਿਆ, ਤਾਂ ਬੱਚਿਆਂ ਦੀ ਪੜ੍ਹਾਈ ਵੀ ਉਹ ਕਰਵਾ ਰਿਹਾ, ਅਤੇ ਇਹੀ ਹਾਲਾਤ ਬਣੇ ਨੇ ਕਿ ਸਾਡੇ ਫਾਦਰ ਦਾ ਜਿਹੜਾ ਇਲਾਜ ਆ ਉਹ ਕਰਵਾਇਆ ਜਾਵੇ। ਤੁਹਾਡਾ ਕੀ ਨਾਮ ਆ ਜੀ? ਜਿੰਦਰ ਕੁਮਾਰ। ਕਿਸ ਤਰੀਕੇ ਨਾਲ ਦੇਖਦੇ ਹੋ ਮੁਕੇਸ਼ ਘਰ ਬਾਰ ਚਲਾ ਰਿਹਾ ਸੀ, ਕੰਮ ਚੱਲ ਰਿਹਾ ਸੀ, ਤਾਂ ਜਦੋਂ ਪਤਾ ਲੱਗਿਆ ਵੀ ਇਹ ਹਾਲਾਤ ਹੋ ਗਏ, ਗੰਭੀਰ ਬਿਮਾਰੀ ਨਾਲ ਜੂਝ ਰਿਹਾ, ਤਾਂ ਕਿਵੇਂ 1 ਲੱਖ ਤੁਹਾਡੇ ਘਰ ਦੇ ਹਾਲਾਤ ਬਣ ਗਏ ਫਿਰ? ਬਹੁਤ ਬੁਰਾ ਹਾਲ, ਦਿਹਾੜੀ ਜੋੜੀ ਕਰਦੇ ਹਾਂ, ਮਾੜਾ ਮੋਟਾ ਇਹੀ ਕਾਰੋਬਾਰ ਕਰਦੇ ਵਿਚਾਰਾ, ਕਮਾ ਕਮੂ ਕੇ ਲਿਆਉਂਦਾ ਸੀ, ਹੁਣ ਦਿਹਾੜੀ ਜਾਂਦੇ ਹਾਂ 2 ਰੁਪਏ ਕਮਾ ਕੇ ਰੋਟੀ। ਹੁਣ ਤੁਸੀਂ ਮਜ਼ਦੂਰੀ ਕਰਦੇ ਹੋ ਫਿਰ? ਆਪੇ ਜਾਣਾ ਪੈਂਦਾ, ਦੁਬਾਰਾ ਜਾਣਾ ਪੈਂਦਾ ਜੀ। ਆਹ ਉਮਰ ਦੇ ਵਿੱਚ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰਾ ਹੋਈ 60 ਸਾਲ ਤੋਂ ਲਵੇ ਹੋਈ। 60 ਸਾਲ ਦੀ ਉਮਰ 'ਚ ਦੁਬਾਰੇ ਮਜ਼ਦੂਰੀ ਕਰਨੀ ਪੈ ਰਹੀ ਹੈ, ਹੁਣ ਕਹਿੰਦੇ ਹੋਰ ਕੀ ਕਰੀਏ, ਰੋਟੀ ਦਾ ਗੁਜ਼ਾਰਾ, ਬੇਰੁਜ਼ਗਾਰ ਹੋਏ ਬੈਠੇ, ਹੋਰ ਕੋਈ ਕਾਰੋਬਾਰ ਨਹੀਂ ਹੈਗਾ, ਦਿਹਾੜੀ ਦਫਾ ਕਰਕੇ ਤਾਂ ਗੁਜ਼ਾਰਾ ਕਰਦੇ ਬੱਚਿਆਂ ਨੂੰ। ਤਾਂ ਪਰਿਵਾਰ ਦੇ ਵੱਲੋਂ ਹੁਣ ਇੱਕ ਮਦਦ ਦੀ ਅਪੀਲ ਜਿਹੜੀ ਹੈਗੀ ਹੈ ਲਗਾਈ ਜਾ ਰਹੀ ਆ, ਤੁਹਾਡੇ ਸਾਹਮਣੇ ਬੱਚੇ ਆਪਣੇ ਹੱਥ ਦੇ ਵਿੱਚ ਇੱਕ ਮਦਦ ਦੀ ਅਪੀਲ ਲੈ ਕੇ ਆਏ ਨੇ। ਮੁਕੇਸ਼ ਕੁਮਾਰ ਨੇ ਜਿਵੇਂ ਜਾਣਕਾਰੀ ਦਿੱਤੀ ਆ ਕਿ ਮਜ਼ਦੂਰੀ ਕਰ ਰਿਹਾ ਸੀ, ਘਰ ਬਾਰ ਚਲਾ ਰਿਹਾ ਸੀ, ਤਾਂ 4-5 ਲੱਖ ਰੁਪਇਆ ਕਰਜ਼ਾ ਵੀ ਲਿਆ ਸੀ ਘਰ ਦੇ ਲਈ ਕਿ ਹੌਲੀ ਹੌਲੀ ਆਪਣੇ ਕੰਮ ਕਰਦੇ ਨਾਲ ਨਾਲ ਤਾਰ ਦੂੰਗਾ, ਪਰ ਜਦੋਂ ਦੋਨੇ ਕਿਡਨੀਆਂ ਫੇਲ ਹੋਣ ਦਾ ਪਤਾ ਲੱਗਿਆ ਤਾਂ ਮੁਕੇਸ਼ ਕੁਮਾਰ ਹੁਣ ਮੰਜੇ ਦੇ ਉੱਪਰ ਪਿਆ, 10-15 ਲੱਖ ਰੁਪਇਆ ਡਾਕਟਰਾਂ ਦੇ ਵੱਲੋਂ ਜਿਹੜਾ ਖਰਚਾ ਉਹ ਕਿਹਾ ਜਾ ਰਿਹਾ, ਅਤੇ ਇਹੀ ਅਪੀਲ ਲਗਾਈ ਜਾ ਰਹੀ ਹੈ ਦਾਨੀ ਸੱਜਣਾਂ ਦੇ ਅੱਗੇ ਕਿ ਸਾਡੀ ਮਦਦ ਕੀਤੀ ਜਾਵੇ। ਛੋਟੇ ਛੋਟੇ ਬੱਚੇ ਹੱਥ ਦੇ ਵਿੱਚ ਮਦਦ ਦੀ ਅਪੀਲ ਲੈ ਕੇ ਖੜ੍ਹੇ ਨੇ ਕਿ ਸਾਡੇ ਪਿਤਾ ਨੂੰ, ਸਾਡੇ ਫਾਦਰ ਨੂੰ ਡਾਕਟਰਾਂ ਦੇ ਵੱਲੋਂ ਦੁਬਾਰਾ ਠੀਕ ਕਰ ਦਿੱਤਾ ਜਾਵੇ, ਅਤੇ ਸਾਡੇ ਜਿਹੜੇ ਘਰ ਦੇ ਹਾਲਾਤ ਨੇ ਦੁਬਾਰਾ ਠੀਕ ਹੋ ਸਕਣ।